ਸਟੂਡੈਂਟਸ ਵੈਲਕਮ ਅੱਜ ਦਾ ਆਪਣਾ ਟੌਪਿਕ ਹੈ ਗ੍ਰਾਫਿਕ ਆਰਗੇਨਾਈਜ਼ਰ ਫਾਰ ਡਿਫਰੈਂਟ ਟੈਕਸਟ ਸਟਰਕਚਰ ਵੀਪ ਇਹਨਾਂ ਪਾਰਟ ਬੰਡਰ ਦੇ ਲਈ ਜਿਹੜਾ ਗ੍ਰਾਫਿਕ ਸਟਰਕਚਰ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਹੁਣ ਇਹਦੇ ਵਿੱਚ ਸਟਰਕਚਰ ਦੇ ਵਿੱਚ ਪੰਜ ਜਿਹੜੇ ਮੇਨ ਪੁਆਇੰਟਸ ਨੂੰ ਆਉਂਦੇ ਨੇ ਪਹਿਲਾ ਹੈ ਕੌਜ਼ ਇਫੈਕਟ ਦੂਸਰਾ ਹੈ ਪ੍ਰੋਬਲਮ ਸੋਲਵਿੰਗ ਤੀਸਰਾ ਸੀਕੁਐਂਸ ਚੌਥਾ ਕੰਪੈਰੀਜ਼ਨ ਔਰ ਕੰਟਰਾਸਟ ਤੇ ਨੈਕਸਟ ਹੈ ਡਿਸਕ੍ਰਿਪਸ਼ਨ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੌਜ਼ ਇਫੈਕਟ ਕੌਜ਼ ਇਫੈਕਟ ਦਾ ਮੀਨਜ਼ ਜੇਕਰ ਕੋਈ ਵੀ ਘਟਨਾ ਦੀ ਜਾਂ ਸਿੱਖ ਗੱਲ ਦੀ ਤੈਅ ਤੱਕ ਜਾਣਿਆ ਤਾਂ ਉਹਦਾ ਕੋਈ ਕਾਰਨ ਵੀ ਹੁੰਦਾ ਹੈ ਅਸੀਂ ਇਹਦੇ ਵਿੱਚ ਕੀ ਦੇਖਣਾ ਵੀ ਇਸ ਘਟਨਾ ਨੂੰ ਵਾਪਰਨ ਦੇ ਪਿੱਛੇ ਕਿਹੜਾ ਕਾਰਨ ਰਿਹਾ ਹੈ ਤੇ ਇਹ ਕਾਰਨ ਤੋਂ ਬਾਅਦ ਕਿਹੜੇ-ਕਿਹੜੇ ਉਹਦੇ ਪ੍ਰਭਾਵ ਪਏ ਨੇ ਹੁਣ ਜੇਕਰ ਇੱਕ ਕਾਰਨ ਹੈ ਕਿਸੇ ਵੀ ਘਟਨਾ ਨੂੰ ਵਾਪਰਨ ਦਾ ਤਾਂ ਉਹਦੇ ਪ੍ਰਭਾਵ ਬਹੁਤੇ ਵੀ ਹੋ ਸਕਦੇ ਨੇ ਇਹ ਵੀ ਹੋ ਸਕਦਾ ਹੈ ਕਿ ਇੱਕ ਘਟਨਾ ਨੂੰ ਵਾਪਰਨ ਦੇ ਪਿੱਛੇ ਕਈ ਕਾਰਨ ਹੋਣ ਤੇ ਉਹਦਾ ਪ੍ਰਭਾਵ ਇੱਕ ਵੀ ਹੋਵੇ ਮੈਨੂੰ ਦੋਨੋਂ ਹੀ ਚੀਜ਼ਾਂ ਪੋਸੀਬਲ ਨੇ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਗ੍ਰਾਫਿਕ ਆਰਗੇਨਾਈਜ਼ਰ ਤਿਆਰ ਕਰਨਾ ਹੈ ਆਰਗੇਨਾਈਜ਼ ਕਰਨਾ ਹੈ ਤਾਂ ਉਹਦੇ ਵਿੱਚ ਕੌਜ਼ ਤੇ ਇਫੈਕਟ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਨੈਕਸਟ ਹੈ ਪ੍ਰੋਬਲਮ ਸੋਲਵਿੰਗ ਸਮੱਸਿਆ ਹੱਲ ਹੁਣ ਸਮੱਸਿਆ ਇੱਕ ਹੁੰਦੀ ਹੈ ਉਹਦੇ ਹੱਲ ਕਈ ਹੋ ਸਕਦੇ ਨੇ ਹੁਣ ਇਸ ਕਰਕੇ ਅਸੀਂ ਦੇਖਣਾ ਹੈ ਵੀ ਜੇਕਰ ਅਸੀਂ ਇੱਕ ਉਹਦੇ ਵਿੱਚ ਸਮੱਸਿਆ ਲਈ ਹੈ ਤਾਂ ਉਹਦੇ ਹੋਰ ਕਿਹੜੇ-ਕਿਹੜੇ ਹੱਲ ਹੋ ਸਕਦੇ ਨੇ ਫਿਰ ਪ੍ਰੋਬਲਮ ਸੋਲਵਿੰਗ ਨੰਬਰ 1 ਪ੍ਰੋਬਲਮ ਸੋਲਵਿੰਗ ਨੰਬਰ 2 ਪ੍ਰੋਬਲਮ ਸੋਲਵਿੰਗ ਨੰਬਰ 3 ਮੀਨਸ ਪ੍ਰੋਬਲਮਸ ਦੇ ਜਿੰਨੇ ਹੀ ਸੋਲੂਸ਼ਨ ਹੋਣਗੇ ਅਸੀਂ ਉਹਦੇ ਅਕੋਰਡਿੰਗ ਸਾਰੇ ਹੀ ਮੈਂਸ਼ਨ ਕਰਾਂਗੇ ਹੁਣ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਪ੍ਰੋਬਲਮ ਹੈ ਉਹਨੂੰ ਸੋਲਵ ਕਰਨ ਦੇ ਲਈ ਜਿਹੜੇ ਅਲੱਗ-ਅਲੱਗ ਮੈਥਡ ਨੇ ਅਲੱਗ-ਅਲੱਗ ਤਰੀਕੇ ਨੇ ਜਾਂ ਅਲੱਗ-ਅਲੱਗ ਹੱਲ ਨੇ ਸਾਡੇ ਕੋਲ ਉਹ ਹੋਣਗੇ ਨੈਕਸਟ ਸੀਕੁਐਂਸ ਸੀਕੁਐਂਸ ਮੀਨਸ ਕਾਲਕਰਮ ਜਿਹੜੀ ਘਟਨਾ ਜਿਵੇਂ ਵਾਪਰੀ ਹੈ ਮੰਨ ਲਓ ਸੀ ਕੋਈ ਵੀ ਜਿਹੜਾ ਟੈਕਸਟ ਲਿਖਿਆ ਉਹਦੇ ਚ 10 ਘਟਨਾਵਾਂ ਵਾਪਰੀਆਂ ਨੇ ਤਾਂ ਅਸੀਂ ਪਹਿਲੀ ਘਟਨਾ ਨੂੰ ਪਹਿਲੇ ਥਾਂ ਤੇ ਹੀ ਲਗਾਵਾਂਗੇ ਅਕੋਰਡਿੰਗ ਟੂ ਡੇਟ ਫਿਰ ਦੂਸਰੀ ਫਿਰ ਤੀਸਰੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਇਸ ਤਰੀਕੇ ਨਾਲ ਕਿਉਂਕਿ ਜਿਹੜਾ ਸੀਕੁਐਂਸ ਹੈ ਉਹ ਹੋਣਾ ਜ਼ਰੂਰੀ ਹੈ ਜੇਕਰ ਸੀਕੁਐਂਸ ਨਹੀਂ ਹੋਏਗਾ ਤਾਂ ਸਾਨੂੰ ਜਿਹੜੀ ਪ੍ਰੋਪਰ ਟੈਕਸਟ ਦੇ ਵਿੱਚ ਕੀ ਲਿਖਿਆ ਉਹ ਗੱਲ ਨਹੀਂ ਸਮਝ ਆਏਗੀ ਕਿਉਂਕਿ ਸੀਕੁਐਂਸ ਸਾਨੂੰ ਬਹੁਤ ਸਾਰੀ ਜਿਹੜੀ ਗੱਲਾਂ ਨੇ ਉਹ ਸਮਝਾ ਦਿੰਦਾ ਹੈ ਮੰਨ ਲਓ ਸੀ ਕਿਸੇ ਵਿਅਕਤੀ ਬਾਰੇ ਗੱਲ ਕਰ ਰਹੇ ਹਾਂ ਤਾਂ ਉਹਦੇ ਬਾਰੇ ਸਭ ਤੋਂ ਪਹਿਲਾਂ ਉਹਦੇ ਡੇਟ ਆਫ ਬਰਥ ਦੀ ਗੱਲ ਆਏਗੀ ਠੀਕ ਹੈ ਜੀ ਫਿਰ ਉਹਨੇ ਕਿਹੜੀ ਸਟੱਡੀ ਕਿੰਨੇ ਵਿੱਚ ਪਾਸ ਕੀਤੀ ਫਿਰ ਉਹਨੇ ਹੋਰ ਆਪਣੀ ਲਾਈਫ ਦੇ ਵਿੱਚ ਕਿ ਤੇ ਇਧਰ ਉਧਰ ਗਏ ਤਾਂ ਉਹ ਕਿੰਨੇ ਸਾਲ ਦੇ ਵਿੱਚ ਗਏ ਠੀਕ ਹੈ ইয়ার মেনশন ਹੋਏਗਾ ਤਾਂ ਕਿ ਮੀਨ ਜਿਹੜੀਆਂ ਘੜਨਾਵਾਂ ਜਿਵੇਂ ਜਿਵੇਂ ਵਾਪਰੀਆਂ ਉਹ ਸੀਕੁਐਂਸ ਦੇ ਵਿੱਚ ਲਿਖੀਆਂ ਜਾਣਗੀਆਂ ਹੁਣ ਜੇਕਰ ਅਸੀਂ ਕਿਸੇ ਵਿਅਕਤੀ ਬਾਰੇ ਗੱਲ ਕਰ ਰਹੇ ਹਾਂ ਟੈਕਸਟ ਦੇ ਵਿੱਚ ਲਿਖਿਆ ਤੇ ਪਹਿਲਾ ਸੀ ਡੈਥ ਵਾਲੀ ਡੇਟ ਨੋਟ ਕਰਤੀ ਤੇ ਬਿਲਕੁਲ ਐਂਡ ਤੇ ਅਸੀਂ ਡੇਟ ਆਫ ਬਰਥ ਤੇ ਆਗੇ ਤਾਂ ਇਹ ਸਾਨੂੰ ਜਿਹੜੀ ਸਹੀ ਇਨਫੋਰਮੇਸ਼ਨ ਆ ਉਹ ਨਹੀਂ ਮਿਲੇਗੀ ਮਿਲਤਾ ਜਾਏਗੀ ਬਟ ਸਾਨੂੰ ਜਿਹੜੇ ਸੀਕੁਐਂਸ ਦੇ ਵਿੱਚ ਇਨਫਰਮੇਸ਼ਨ ਕਲੀਅਰ ਹੋਣੀ ਚਾਹੀਦੀ ਹੈ ਉਹ ਨਹੀਂ ਮਿਲੇਗੀ ਨੈਕਸਟ ਹੈ ਕੰਪੈਰੀਜ਼ਨ ਔਰ ਕੰਟਰਾਸਟ ਤੁਲਨਾ ਅਤੇ ਪਿੰਨਤਾ ਫਿਰ ਕੁਝ ਵਿੱਚ ਗੱਲਾਂ ਐਵੇਂ ਨਹੀਂ ਹੁੰਦੀਆਂ ਨੇ ਜਿਹੜੀਆਂ ਕਿ ਕੰਪੈਰੀਜ਼ਨ ਕਰਦੇ ਅਸੀਂ ਤੁਲਨਾ ਕਰਦੇ ਆਂ ਕੁਝ ਸਾਨੂੰ ਉਹਦੇ ਵਿੱਚ ਸੇਮ ਲੱਗਦੀਆਂ ਨੇ ਤੇ ਕੁਝ ਇੱਕ ਦੂਸਰੇ ਨਾਲੋਂ ਡਿਫਰੈਂਟ ਹੁੰਦੀਆਂ ਨੇ ਹੁਣ ਸੀ ਇਹਦਾ ਦੋਨੋਂ ਤਰ੍ਹਾਂ ਦੇ ਚੀਜ਼ਾਂ ਨੂੰ ਦੇਖਣਾ ਹੈ ਉਹਦੇ ਅਕੋਰਡਿੰਗ ਜਿਹੜਾ ਸਟਰਕਚਰ ਹੈ ਉਹ ਇਹਦੇ ਵਿੱਚ ਮੀਨਸ ਕੰਪੇਅਰ ਵੀ ਕੀਤਾ ਜਾ ਸਕਦਾ ਹੋਵੇ ਤੇ ਕੰਟਰਾਸਟ ਵੀ ਕੀਤਾ ਜਾ ਸਕਦਾ ਦੋਵੇਂ ਹੀ ਜ਼ਰੂਰੀ ਨੇ ਨੈਕਸਟ ਹੈ ਡਿਸਕ੍ਰਿਪਸ਼ਨ ਮੀਨਜ਼ ਵਰਣਨ ਭਾਵ ਜੋ ਟੈਕਸਟ ਦਾ ਸਟਰਕਚਰ ਹੈ ਉਹਦੇ ਵਿੱਚ ਸਹੀ ਤਰੀਕੇ ਨਾਲ ਜਿਹੜੀ ਡਿਸਕ੍ਰਿਪਸ਼ਨ ਆ ਵਰਣਨ ਆ ਉਹ ਕੀਤਾ ਹੋਣਾ ਚਾਹੀਦਾ ਹੈ ਭਾਵੇਂ ਕੋਈ ਵੀ ਟਾਪਿਕ ਲਿਆਏ ਕੋਈ ਵੀ ਵਿਸ਼ਾਏ ਸਹੀ ਤਰੀਕੇ ਨਾਲ ਉਹਦੇ ਬਾਰੇ ਜਿਹੜੀ ਪੂਰੀ ਡਿਟੇਲ ਹੈ ਉਹ ਵਰਣਨ ਹੋਣੀ ਜ਼ਰੂਰੀ ਹੈ ਡੀਅਰ ਸਟੂਡੈਂਟਸ ਇਹਨੂੰ ਤੁਸੀਂ ਸ਼ਾਰਟ ਨੋਟ ਲਈ ਕਰਨਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਮੈਂ ਸ਼ਾਰਟ ਨੋਟ ਵੀ ਤੁਹਾਨੂੰ ਸਹੀ ਤਰੀਕੇ ਨਾਲ ਕਰਵਾ ਰਹੀਆਂ ਤਾਂ ਜੋ ਤੁਹਾਡੇ ਲਈ ਹੈਲਪਫੁਲ ਹੋਣ ਥੈਂਕ ਯੂ